ਹਲਕੀ ਤੁਹਾਡਾ ਨਾਂ ਕੀ ਕਹਿਣਾ ਚਾਹੋਗੇ ਜੀ ਜਿਹੜਾ ਮੇਰੇ ਪਿੰਡ ਤੋਂ ਹੋਈ ਜਿਹੜੀ ਮੌਤ ਹੋਈ? ਮੇਰਾ ਨਾਂ ਸਰਦਾਰ ਨਛੱਤਰ ਸਿੰਘ, ਪਿੰਡ ਬਾਦਲ ਤੋਂ ਪੰਚਾਇਤ ਮੈਂਬਰ ਜੀ, ਸ਼੍ਰੋਮਣੀ ਅਕਾਲੀ ਦਲ। ਅਤੇ ਸਰਦਾਰ ਨਰੋਤਮ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ ਸਨ। ਪਹਿਲਾਂ ਉਹ ਵਿਦੇਸ਼ ਵਿੱਚ ਰਹਿੰਦੇ ਸਨ, ਲੰਬਰਦਾਰ ਪਰਿਵਾਰ ਦੇ ਵਿੱਚੋਂ ਹਨ ਸਾਰੇ ਉਹ। ਅਤੇ ਉਹ ਵਿਦੇਸ਼ ਰਹਿੰਦੇ, ਫਿਰ ਬਾਦਲ ਕਾਫੀ ਚਿਰ ਰਹੇ ਆ ਕੇ, ਫਿਰ ਉਸ ਤੋਂ ਗੋਆ ਚਲੇ ਗਏ। ਗੋਆ ਜਾ ਕੇ ਉਹਨਾਂ ਦੀ ਕੱਲ੍ਹ ਰਾਤ ਪਤਾ ਲੱਗਿਆ ਵੀ ਕੋਈ ਮੌਤ ਹੋ ਗਈ, ਜਿਵੇਂ ਕੋਈ ਅਟੈਕ ਹੋ ਗਿਆ ਜਾਂ ਕਿਵੇਂ ਹੋਰ, ਜਿਵੇਂ ਤੜਕੇ ਲਾਂਗਰੀ ਤੋਂ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਗਈ। ਅਤੇ ਉਹ ਬਾਦਲ ਪਰਿਵਾਰ ਦੇ ਸ਼ਰੀਕੇ ਪਰਿਵਾਰ, ਜਿਵੇਂ ਮਤਲਬ ਘਰਾਂ ਦੇ ਵਿੱਚ ਚਾਚੇ ਤਾਇਆਂ ਦੇ ਪਰਿਵਾਰ ਹੁੰਦੇ ਆ, ਇਸ ਤਰ੍ਹਾਂ ਬਹੁਤ ਬਾਦਲ ਪਿੰਡ 'ਚ ਵਿਚਰਦੇ ਸੀਗੇ, ਬਹੁਤ ਬਾਦਲ ਪਿੰਡ ਦੇ ਵਿੱਚ ਹੀ ਰਹਿੰਦੇ ਸੀ। ਉਹ ਚੰਗੇ ਲਿੰਕ ਸੀ ਲੋਕਾਂ ਨਾਲ ਉਹਨਾਂ ਦੇ, ਹਰ ਇੱਕ ਪਰਿਵਾਰ ਨਾਲ ਦੁੱਖ ਸੁੱਖ 'ਚ ਸਹਾਈ ਹੁੰਦੇ ਸੀ ਉਹ। ਉਸ ਤੋਂ ਬਾਅਦ ਜਿਹੜਾ ਮਤਲਬ ਹੁਣ ਬਾਦਲ ਪਿੰਡ 'ਚ ਸ਼ੋਕ ਦੀ ਲਹਿਰ ਆ ਬਾਦਲ ਪਿੰਡ 'ਚ, ਹੌਲੀ ਹੌਲੀ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੀ, ਉਹਨਾਂ ਦੀ ਡੈਥ ਹੋ ਗਈ, ਜਾਂ ਜਿਵੇਂ ਮਤਲਬ ਇਹਨਾਂ ਦੀ ਡੈਥ ਹੋ ਗਈ। ਬਹੁਤ ਹੀ ਵਧੀਆ ਵਿਚਰਦੇ ਬੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਉਹਨਾਂ ਜਾਣ ਕਰਕੇ ਬਹੁਤ ਵੱਡਾ ਝਟਕਾ ਲੱਗਿਆ ਕਿ ਉਹਨਾਂ ਦੇ ਨਾਲ ਬਹੁਤ ਵਧੀਆ ਮਤਲਬ ਪਿਛਲੀਆਂ ਸਮੇਂ ਦੇ ਵਿੱਚ ਸਾਥ ਦਿੱਤਾ ਉਹਨਾਂ ਨੇ, ਬਹੁਤ ਵਧੀਆ ਉਹਨਾਂ ਦੇ ਨਾਲ ਰਹੇ ਆ। ਉਸ ਤੋਂ ਬਾਅਦ ਹੁਣ ਉਹ ਗੋਆ ਚਲੇ ਗਏ ਸੀਗੇ, ਉੱਥੇ ਕੋਈ ਬਿਜ਼ਨਸ ਸੀਗਾ ਆਪਦਾ ਕੋਈ ਉਹਨਾਂ ਦਾ, ਫਿਰ ਉੱਥੇ ਉਹਨਾਂ ਦੀ ਕੋਈ ਮਤਲਬ ਡੈਥ ਹੋ ਗਈ ਜੀ। ਪਤਾ ਤਾਂ ਇਹੀ ਲੱਗਿਆ ਵੀ ਉਹਨਾਂ ਦੀ ਡੈਥ ਜਿਹੜੀ ਹੋਈ ਆ, ਅਟੈਕ ਹੋਈ ਆ, ਬਾਕੀ ਹਜੇ ਕੋਈ ਮਤਲਬ ਪਤਾ ਨਹੀਂ ਵੀ ਕਿਸ ਤਰ੍ਹਾਂ ਕੋਈ ਜਾਣਕਾਰੀ ਮਿਲੀ ਉਹਦੀ ਵੀ ਕਿਸ ਕਾਰਨਾਂ ਕਰਕੇ ਡੈਥ ਹੋਈ ਹੈ, ਕਿਵੇਂ ਹੋਈ ਹੈ ਸਰ। ਕਦੋਂ ਕੋਈ ਡੈਡ ਬੋਡੀ ਪਿੰਡ ਵਿੱਚ ਲਿਆਂਦੀ ਜਾਊਗੀ, ਉਹਦੇ ਕੀ ਲੱਗਦਾ? ਦੇਖੋ ਜੀ, ਇਹ ਪਰਿਵਾਰ ਤਾਂ ਕਹਿ ਰਿਹਾ ਸੀ ਬਾਦਲ ਪਿੰਡ 'ਚ ਹੀ ਡੈਡ ਬੋਡੀ ਲਿਆਂਦੀ ਜਾਊਗੀ, ਫਿਰ ਵੇਖੋ ਹੁਣ ਕੀ ਚਾਹੁੰਦੇ ਆ ਉਹਨਾਂ ਦੇ ਬੇਟਾ, ਵਾਈਫ ਉਹਨਾਂ ਦੀ, ਉਹਨਾਂ ਦੀ ਬੇਟੀ ਬਾਹਰ ਅਮਰੀਕਾ ਵਿੱਚ ਰਹਿੰਦੇ ਆ, ਉਹ ਆ ਕੇ ਹੁਣ ਕੀ ਫੈਸਲਾ ਬਾਦਲ ਆਉਂਦੇ ਆ ਕਿ ਹੋਰ ਕਿਵੇਂ ਕਰਦੇ ਆ। ਬਾਦਲ ਪਿੰਡ ਦੇ ਵਿੱਚ ਹੀ ਆਉਣੀ ਚਾਹੀਦੀ ਆ ਕਿਉਂਕਿ ਜਨਮ ਭੂਮੀ ਆ ਜਿਹੜੀ, ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਚਾਹੀਦਾ ਸੀ। ਪਿੰਡ ਵਾਲੇ ਕਹਿੰਦੇ ਵੀ ਉੱਥੇ ਲੈ ਕੇ ਆਉਂਦੀ ਉਹਨਾਂ ਨੂੰ, ਬਾਦਲ ਹੀ ਲੈ ਕੇ ਆਉਣ, ਅਤੇ ਉਹ ਸ਼ੋਕ ਦੀ ਲਹਿਰ ਆ ਪਿੰਡ ਦੇ ਵਿੱਚ ਪੂਰੀ ਇਸ ਟਾਈਮ। ਹਾਂਜੀ ਬਾਈ ਜੀ, ਆਪਣਾ ਕੀ ਨਾਂ ਕੀ ਹੈ ਅਤੇ ਜਿਹਨਾਂ ਦਾ ਜੋ ਹੋਇਆ 12 ਵਜੇ ਖੜ੍ਹਿਆ, ਕੀ ਹੈ ਸੀਗੇ ਪਿੰਡ 'ਚ ਜਿਹੜਾ, ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ? ਮੇਰਾ ਨਾਮ ਸੁਖਰਾਜ ਸਿੰਘ ਹੈ ਜੀ, ਮੈਂ ਬਾਦਲ ਪਿੰਡ ਤੋਂ ਇੱਥੋਂ ਬਿਲੋਂਗ ਕਰਦਾ। ਅਤੇ ਇਹ ਜਿਨ੍ਹਾਂ ਦੇ ਤੁਸੀਂ ਅੱਜ ਪੁੱਛਦੇ ਹੋ ਡੈਥ ਹੋਈ ਹੈ ਪਿੱਛੇ, ਉਹਨਾਂ ਦਾ ਨਾਂ ਨਰੋਤਮ ਸਿੰਘ ਢਿੱਲੋਂ ਹੈ ਜੀ। ਇਹ ਢਿੱਲੋਂ ਫੈਮਿਲੀ ਜੀ, ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਮੁੱਖ ਮੰਤਰੀ ਸਾਹਿਬ ਦਾ, ਉਹਨਾਂ ਦੇ ਹੀ ਇਹ ਪਰਿਵਾਰ ਦੇ ਫੈਮਿਲੀ ਦੇ ਵਿੱਚੋਂ ਆ ਜੀ। ਅਤੇ ਇਹ ਜਿਹੜੇ ਇਹ ਫੈਮਿਲੀ, ਇਹ ਇਹਨਾਂ ਦੀ ਜਿਹੜਾ ਪਰਿਵਾਰ ਸੀ, ਇਹ ਨੰਬਰਦਾਰ ਪਰਿਵਾਰ ਫੈਮਿਲੀ ਵੱਜਦੀ ਹੁੰਦੀ ਸੀ, ਕਿਉਂਕਿ ਇਹਨਾਂ ਦੇ ਮੁੱਢ ਤੋਂ ਬਾਦਲ ਪਿੰਡ ਤੋਂ ਸ਼ੁਰੂ ਤੋਂ ਨੰਬਰਦਾਰੀ ਇਹਨਾਂ ਕੋਲ ਆ। ਅਤੇ ਜਿਹੜੇ ਇਹਨਾਂ ਦੇ ਵੱਡੇ ਭਾਈ ਸਾਹਿਬ ਸੀ ਸਰਦਾਰ ਮਹਿੰਦਰ ਸਿੰਘ ਜੀ, ਉਹ ਪਿੰਡ ਦੇ ਸਰਪੰਚ ਵੀ ਰਹੇ ਆ ਜੀ। ਇਹ 3 ਭਾਈ ਸੀ, ਅਤੇ ਇਹ ਜਿਹੜੇ ਨਰੋਤਮ ਸਿੰਘ ਢਿੱਲੋਂ ਆ, ਇਹ ਵਿਚਾਲੜੇ ਆ ਜੀ। ਅਤੇ ਇਹਨਾਂ ਤੋਂ ਇੱਕ ਛੋਟੇ ਨੇ ਸਰਦਾਰ ਜੋਗਿੰਦਰ ਸਿੰਘ ਜੀ। ਹਾਂਜੀ, ਅਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇੱਥੇ ਗਏ ਨੂੰ, ਅਤੇ ਇੱਥੇ ਪਿੰਡ 'ਚ ਕਿੰਨਾ ਟਾਈਮ ਰਿਹਾ? ਇਹ ਜੇ ਆਪਣੇ ਨਰੋਤਮ ਸਿੰਘ ਢਿੱਲੋਂ ਆ ਜੀ, ਇਹ ਤਾਂ ਕਾਫੀ ਸਮਾਂ ਪਹਿਲਾਂ ਅਮਰੀਕਾ ਚਲੇ ਗਏ ਸੀ, ਤਾਂ ਇਹਨਾਂ ਦੇ ਦੋਨੇ ਬ੍ਰਦਰ, ਵੱਡਾ ਅਤੇ ਛੋਟਾ, ਉਹ ਤਾਂ ਜ਼ਿਆਦਾਤਰ ਬਾਦਲ ਪਿੰਡ ਹੀ ਰਹੇ ਆ। ਇਹ ਜ਼ਿਆਦਾ ਸਮਾਂ ਤਾਂ ਇਹ ਅਮਰੀਕਾ ਦੇ ਵਿੱਚ ਰਹੇ ਆ, ਅਤੇ ਅਮਰੀਕਾ ਤੋਂ ਬਾਅਦ ਫਿਰ ਇਹ ਬਾਦਲ ਪਿੰਡ ਦੇ ਵਿੱਚ ਵਾਪਸ ਆ ਗਏ ਸੀ। ਫਿਰ ਇੱਥੇ ਵੀ ਇਹਨਾਂ ਨੇ ਘੱਟੋ ਘੱਟ ਬਾਹਲਾ ਨਹੀਂ ਤਾਂ 8-10 ਸਾਲ ਫਿਰ ਇੱਥੇ ਵੀ ਗੁਜ਼ਾਰੇ ਆ। ਤਾਂ ਹੁਣ ਇਹ ਕਾਫੀ ਸਮੇਂ ਤੋਂ ਪਿੱਛੇ ਚਲੇ ਗਏ ਸੀ ਗੋਆ, ਅਤੇ ਉੱਥੇ ਹੀ ਰਹਿਸ਼ ਸੀ ਇਹਨਾਂ ਦੀ, ਜ਼ਿਆਦਾਤਰ ਗੋਆ 'ਚ ਹੀ ਰਹਿ ਰਹੇ ਸੀ ਜੀ ਹੁਣ ਇਸ ਟਾਈਮ। ਹਾਂਜੀ, ਹਾਂ, ਜ਼ਮੀਨ ਇਹਨਾਂ ਦੀ ਜਿਹੜੀ ਉਹ ਜੱਦੀ ਪੁਸ਼ਟੀ ਸਾਰੀ ਇੱਥੇ ਹੀ ਆ ਜੀ। ਹਾਂਜੀ, ਹਾਂ, ਪਿੰਡ ਦੇ ਵਿੱਚ ਹੁਣ ਇਸ ਤਰ੍ਹਾਂ ਜੀ, ਇਹ ਪਰਿਵਾਰ ਆ ਜਿਹੜਾ ਰਿਸਪੈਕਟਡ ਪਰਿਵਾਰ ਆ ਜੀ, ਕਿਉਂਕਿ ਬਾਦਲ ਪਰਿਵਾਰ ਫੈਮਿਲੀ ਦਾ ਸਾਰੇ ਪਿੰਡ ਦੇ ਵਿੱਚ ਰੁਤਬਾ ਬਹੁਤ ਵਧੀਆ ਜੀ, ਅਤੇ ਇਸ ਕਰਕੇ ਸਾਰਾ ਪਿੰਡ ਆ ਜੋ ਇਸ ਟਾਈਮ ਇਹਨੇ ਨੰਬਰਦਾਰ ਪਰਿਵਾਰ ਦੇ ਨਾਲ ਆ ਜਿਹੜਾ, ਉਹ ਹਮਦਰਦੀ ਜਤਾਉਂਦਾ ਅਤੇ ਸੋਗ ਦੇ ਵਿੱਚ ਆ ਜੀ ਇਸ ਟਾਈਮ। ਓਮ ਪ੍ਰਕਾਸ਼ ਜੀ,
ਉਹ ਜੀ ਪਹਿਲਾਂ ਰਹਿੰਦੇ ਹੁੰਦੇ, ਬਹੁਤ ਚਿਰ ਹੋ ਗਿਆ ਇਹਨਾਂ ਨੂੰ, ਪਹਿਲਾਂ ਇੱਥੇ ਬਾਦਲ 'ਚ ਹੀ ਰਹਿੰਦੇ ਹੁੰਦੇ ਸੀ, ਪਿੰਡ ਦੇ ਨਾਲ ਉਹਨਾਂ ਦਾ ਬਹੁਤ ਚੰਗਾ ਸੰਬੰਧ ਸੀਗਾ। ਹਾਂਜੀ, ਕੋਈ ਐਂ ਸਰਦਾਰੀ ਵਾਲਾ ਕੰਮ ਨਹੀਂ ਸੀ ਉਹਨਾਂ ਦੇ ਵਿੱਚ, ਇਹੀ ਗੱਲ ਸਾਰੇ ਪਿੰਡ ਨੂੰ ਗੱਲ ਸੁਣਦੇ ਸੀਗੇ। ਹਾਂਜੀ, ਇਹ ਪਰਿਵਾਰ ਇੱਕੋ ਹੀ ਹੈ ਜੀ ਮੁੱਢ ਤੋਂ। ਕਿੰਨਾ ਟਾਈਮ ਹੋ ਗਿਆ ਇੱਥੇ ਜੀ? ਪਿੰਡ ਗਏ ਨੂੰ ਤਾਂ ਹੋ ਗਏ, ਇੱਥੇ ਰਹਿੰਦੇ ਜੀ ਘਰ, ਇੱਥੇ ਵੀ ਹੈਗਾ ਉਹਨਾਂ ਦਾ। ਇੱਥੇ ਜਦੋਂ ਆਪਣਾ ਦੱਸਦਾ ਉਦੋਂ ਇੱਥੇ ਰਹਿ ਕੇ ਜਾਂਦਾ ਹੁੰਦਾ, ਜਵਾਕ ਖੇਡਦਾ ਵੀ ਹੁੰਦਾ ਜਵਾਕਾਂ ਨਾਲ ਆਪਦੇ ਹਾਣ ਦੇ ਨਾਲ। ਇੱਥੇ ਹੈਗਾ ਆਪਣੇ ਕੀ ਖੇਡਣ ਵਾਲਾ ਸਟੇਡੀਅਮ, ਉਹਦੇ ਵਿੱਚ ਜਵਾਕ ਵੀ ਖੇਡਦੇ ਹੁੰਦੇ ਸੀ, ਬਹੁਤ ਚੰਗੇ ਪਰਿਵਾਰ ਦੇ ਵਿੱਚੋਂ। ਹਾਂ,